ਪੰਜਾਬੀ ਰੇਡੀਓ ਜਗਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਅਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਬਲਦੇਵ ਬਾਨੋ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਾ, ਸਤਰਾਮ ਸਿੰਘ, ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਜਗਤਾਰ ਸਿੰਘ ਅਨੰਦਪੁਰੀ, ਪ੍ਰੀਮਾਟ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਬਾਨੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਗੱਲ ਕਰਦੇ ਹਾਂ ਜੀ, ਵੱਖ ਵੱਖ ਮੁਲਕਾਂ ਦੇ ਜਿਹੜੇ ਕੌਂਸਲੇਟ ਆ ਉਹ ਕਸ਼ਮੀਰ ਦੇ ਵਿੱਚ ਗਏ ਹੋਏ ਆ, ਕਾਰਨ ਕੀ ਆ ਕਿ ਉੱਥੇ ਵਾੜ ਦਿੱਤੇ ਸਾਰੇ? ਐਕਚੁਲੀ ਜੀ, ਇਹ ਤੁਸੀਂ ਕਹਿ ਲਓ ਕਿ ਲਗਾਤਾਰ ਇਹ ਤੀਸਰੀ ਇਸ ਤਰ੍ਹਾਂ ਦੀ ਫੇਰੀ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੀ ਆ ਜੀ ਉਹ ਉਲੀਕੀ ਗਈ ਆ। ਸ਼ਾਇਦ ਵਿਸ਼ਵ ਦਾ ਜਿਹੜਾ ਭਾਈਚਾਰਾ ਹੈ ਜਿਹਨੂੰ ਇਹ ਦੱਸਣ ਦੇ ਵਾਸਤੇ ਵੀ ਉੱਥੇ ਸਾਰਾ ਕੁਛ ਜਿਹੜਾ ਜੀ ਉਹ ਠੀਕ ਹੈ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਇੰਨੇ ਸਮੇਂ ਤੋਂ ਬੰਦ ਪਿਆ ਇੰਟਰਨੈਟ ਆ, ਪਿਛਲੇ ਦਿਨਾਂ ਦੇ ਵਿੱਚ ਜਿਹੜਾ 2G ਚਲਾਇਆ ਜੀ, ਜਿਹਦੇ ਨਾਲ ਨਾ ਤਾਂ ਈਮੇਲ ਖੁੱਲਦੀ ਆ ਨਾ ਕੋਈ ਪੇਜ ਖੁੱਲਦਾ। ਉੱਥੋਂ ਇੱਕ ਟ੍ਰੇਨ ਚੱਲਦੀ ਆ ਜਿਹੜੀ ਆਉਂਦੀ ਆ ਸ੍ਰੀਨਗਰ, ਉਹਨੂੰ ਇੰਟਰਨੈਟ ਟ੍ਰੇਨ ਕਿਹਾ ਜਾ ਰਿਹਾ ਇਹਨਾਂ ਦਿਨਾਂ 'ਚ। ਇੰਟਰਨੈਟ ਟ੍ਰੇਨ ਇਸ ਕਰਕੇ ਕਹਿੰਦੇ ਆ ਕਿ ਜਿਹੜੇ ਸਟੂਡੈਂਟ ਨੇ ਜਾਂ ਜਿਹੜੇ ਜਿਹਨਾਂ ਦਾ ਬਿਜ਼ਨਸ ਇੰਟਰਨੈਟ ਦੇ ਨਾਲ ਜੁੜਿਆ ਹੋਇਆ ਜੀ, ਉਹ ਉਸ ਟ੍ਰੇਨ ਦੇ ਉੱਤੇ ਚੜ੍ਹ ਕੇ ਆਉਂਦੇ ਆ ਸਵੇਰੇ, ਔਰ ਇੱਥੇ ਸ੍ਰੀਨਗਰ ਸ਼ਹਿਰ ਦੇ ਵਿੱਚ ਜਿਹੜਾ ਮਾੜਾ ਮੋਟਾ ਇੰਟਰਨੈਟ ਚੱਲਦਾ ਉੱਥੋਂ ਆਪਣੇ ਰੋਜ਼ਾਨਾ ਦੇ ਜਿਹੜੇ ਕੰਮ ਕਰਕੇ ਜਿਹੜਾ ਜੀ ਉਹ ਚਲੇ ਜਾਂਦੇ ਆ। ਦੂਜੇ ਪਾਸੇ ਜਿਹੜੇ ਉੱਥੋਂ ਦੇ ਰਾਜਨੀਤਿਕ ਲੋਕ ਨੇ ਜੀ, ਚਾਹੇ ਉਹ ਉਮਰ ਅਬਦੁੱਲਾ ਨੇ ਤੇ ਚਾਹੇ ਉਹ ਮਹਿਬੂਬਾ ਮੁਸਤਫਾ, ਉਹਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਮਹਿਬੂਬਾ ਮੁਫਤੀ ਜੀ ਉਹਨਾਂ ਦੇ ਉੱਤੇ ਜਿਵੇਂ ਨਵੇਂ ਕੇਸ ਜਿਹੜੇ ਆ ਜੀ ਉਹ ਪਾਏ ਗਏ ਆ ਪਿਛਲੇ ਦਿਨਾਂ ਤੋਂ, ਉਹ ਇੱਕ ਨਵੀਂ ਕਹਾਣੀ ਜਿਹੜੀ ਦੀ ਉਹ ਕਹਿੰਦੇ ਆ। ਜੇ ਸਾਰਾ ਕੁਛ ਉੱਥੇ ਠੀਕ ਹੈ ਤਾਂ ਇਹ ਜਿਹੜੇ ਵੱਖ ਵੱਖ ਮੁਲਕਾਂ ਦੇ ਸਫੀਰ ਨੇ ਇੱਥੇ ਜਿਹੜੇ ਕਿ ਉੱਥੇ ਸ਼ਿਕਾਰੇ ਦੇ ਵਿੱਚ ਬੈਠ ਕੇ ਫੋਟੋਆਂ ਵਗੈਰਾ ਜਿਹੜਾ ਜੀ ਉਹ ਖਿਚਵਾ ਰਹੇ ਆ, ਔਰ ਉਹਨਾਂ ਨੂੰ ਇਹ ਲੱਗਦਾ ਕਿ ਚੰਗਾ ਜਿਹੜਾ ਜੀ ਉਹ ਫਿਰਨ ਤੁਰਨ ਆਏ ਆ। ਜਿਹੜੇ ਪਹਿਲਾਂ ਵੀ ਤਕਰੀਬਨ ਜਿਹੜੇ ਦੋ ਏਦਾਂ ਦੇ ਦੌਰੇ ਹੋਏ ਆ ਉਹਦੇ ਵਿੱਚੋਂ ਕਿੰਨੇ ਨੇ ਜਿਨ੍ਹਾਂ ਨੇ ਇਹ ਆ ਕੇ ਜਿਹੜਾ ਜੀ ਬਾਹਰ ਦੱਸਿਆ ਹੋਵੇ ਕਿ ਉੱਥੋਂ ਦੇ ਹਾਲਾਤ ਕੀ ਨੇ? ਆਮ ਲੋਕਾਂ ਨੂੰ ਤਾਂ ਉਹਨਾਂ ਨੂੰ ਮਿਲਣ ਨੀ ਜਿਹੜਾ ਜੀ ਉਹ ਦਿੱਤਾ ਜਾ ਰਿਹਾ, ਉੱਥੇ ਉਹ ਘੁੰਮ ਫਿਰ ਕੇ ਜਿਹੜਾ ਜੀ ਉਹ ਆ ਜਾਂਦੇ ਨੇ, ਤੇ ਇਹ ਆ ਕੇ ਇੱਥੇ ਜਿਹੜਾ ਜੀ ਉਹ ਕੀ ਦੱਸਣਗੇ ਬਾਹਰ ਜਿਹੜੇ ਲੋਕਾਂ ਨੂੰ ਕਿ ਉੱਥੋਂ ਦੇ ਹਾਲਾਤ ਜਿਹੜੇ ਉਹ ਕੀ ਨੇ? 25 ਮੁਲਕਾਂ ਦੇ ਨੁਮਾਇੰਦੇ ਜਿਹੜੇ ਜੀ ਉੱਥੇ ਗਏ ਹੋਏ ਆ। ਹੋਣਾ ਤਾਂ ਇਹ ਚਾਹੀਦਾ ਜੇ ਦਿਖਾਉਣਾ ਤਾਂ ਤੁਸੀਂ ਨੌ ਮੁਲਕ ਦੇ ਵਿੱਚੋਂ ਜਿਹੜੇ ਵੱਖ ਵੱਖ ਸੂਬੇ ਨੇ ਉੱਥੋਂ ਦੋ ਦੋ ਚਾਰ ਚਾਰ ਜਿਹੜੇ ਜੀ ਉਹ ਲੈ ਲਓ, ਉੱਥੋਂ ਦੇ ਨੇਤਾ ਜਿਹੜੇ ਇੱਥੋਂ ਦੇ ਵਿਰੋਧੀ ਧਿਰਾਂ ਦੇ ਨੇਤਾ ਨੇ ਉਹਨਾਂ ਨੂੰ ਤਾਂ ਜਾਣ ਨਹੀਂ ਦਿੱਤਾ ਜਾ ਰਿਹਾ ਜੀ ਉੱਥੇ, ਔਰ ਉੱਥੇ ਜਿਹੜਾ ਇਹ ਕਿਹਾ ਜਾ ਰਿਹਾ ਕਿ ਨਹੀਂ ਉਹ ਸੁਪਰੀਮ ਕੋਰਟ ਦੀਆਂ ਪਰਮਿਸ਼ਨਾਂ ਲੈ ਕੇ ਜਾ ਰਹੇ ਆ, ਇਹਨਾਂ ਨੂੰ ਜਿਹੜਾ ਜੀ ਉੱਥੇ ਮੁਫ਼ਤ ਦੇ ਗੇੜੇ ਜਿਹੜੇ ਉਹ ਦਵਾਏ ਜਾ ਰਹੇ ਆ। ਤੋ ਵੇਖਣਾ ਇਹ ਹੋਊਗਾ ਜੀ ਕਿ ਇਹ ਤੀਜੀ ਵਾਰੀ ਜਿਹੜੇ ਗਏ ਆ ਇਹ ਕੁਛ ਉਹਦੇ ਵਿੱਚ ਚੇਂਜਸ ਜਿਹੜਾ ਜੀ ਉਹ ਲਿਆ ਸਕਦੇ ਆ, ਖਾਸ ਤੌਰ ਦੇ ਉੱਤੇ ਅੰਤਰਰਾਸ਼ਟਰੀ ਭਾਈਚਾਰਾ ਜਿੱਥੇ ਕਿ ਸਵਾਲ ਜਿਹੜੇ ਆ ਉਹ ਉੱਠਣੇ ਸ਼ੁਰੂ ਹੋਏ ਆ ਪਿਛਲੇ ਸਮੇਂ ਤੋਂ, ਤੇ ਜਿਹੜਾ ਲੁਕੋਇਆ ਜਾ ਰਿਹਾ। ਹੁਣ ਇਹ ਜਿਹੜੇ ਸਫੀਰ ਨੇ ਵੱਖ ਵੱਖ ਮੁਲਕਾਂ ਦੇ ਉਹਨਾਂ ਦੀ ਜਿਹੜੀ ਇਹ ਤੀਸਰੀ ਫੇਰੀ ਆ, ਇਹ ਕਿੰਨੀ ਕੁ ਬਦਲ ਸਕਦੀ ਉੱਥੋਂ ਦੀ ਜਿਹੜੀ ਜੀ ਉਹ ਸਥਿਤੀ, ਇਹ ਆਉਂਦੇ ਦਿਨ ਦੱਸਣਗੇ। ਪਰ ਹਾਲ ਦੀ ਘੜੀ ਉਹ ਜਿਹੜੇ ਸ਼ਿਕਾਰੇ ਨੇ ਉਹਨਾਂ ਦੇ ਵਿੱਚ ਤੇ ਸ਼ੋਪਿੰਗ ਕਰਕੇ ਉੱਥੇ ਫੋਟੋਆਂ ਖਿਚਵਾ ਰਹੇ। ਬਿਲਕੁਲ ਜੀ, ਉਹਨਾਂ ਨੂੰ ਤਾਂ ਬੋਲੀ ਵੀ ਨਹੀਂ ਆਉਂਦੀ ਹੋਣੀ, ਪਤਾ ਵੀ ਨਹੀਂ ਹੋਣਾ, ਲੋਕਾਂ ਨਾਲ ਗੱਲ ਵੀ ਨਹੀਂ ਕਰ ਸਕਦੇ ਹੋਣੇ ਕਿ ਉਹਨਾਂ ਦੇ ਕੀ ਬੀਤੀ ਆ। ਅੱਗੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੇਂਗੇ, ਹਰਿਆਣੇ ਦੀ ਵੱਖਰੀ ਕਮੇਟੀ ਦੇ ਦਾ ਕੇਸ ਆ, ਉਸ ਨੂੰ ਉਹ ਲੜਨਗੇ। ਐਕਚੁਲੀ ਵੀ ਜਿਹੜਾ ਪਿਛਲੇ ਦਿਨੀ ਐਫੀਡੇਵਿਟ ਦਿੱਤਾ ਗਿਆ ਸਰਕਾਰ ਦੀ ਤਰਫੋਂ, ਪੰਜਾਬ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ ਦੇ ਵਿੱਚ, ਉਹਨੇ ਸ਼੍ਰੋਮਣੀ ਕਮੇਟੀ ਨੂੰ ਵਕਤ ਤਾਂ ਪਾਇਆ ਜੀ, ਸ਼੍ਰੋਮਣੀ ਕਮੇਟੀ ਨੂੰ ਘੱਟ ਤੇ ਜਿਹੜਾ ਪਰਿਵਾਰ ਕਾਬਜ ਹੈ ਉਹਦੇ ਤੁਸੀਂ ਇਹ ਕਹਿ ਲਓ ਕਿ ਉਹਨੂੰ ਵਕਤ ਜਿਹੜਾ ਜੀ ਉਹ ਕੁਛ ਜ਼ਿਆਦਾ ਪਾ ਦਿੱਤਾ ਕਿ ਉਹਨਾਂ ਨੂੰ ਇਹ ਲੱਗਦਾ ਕਿ ਇਹਦੇ ਨਾਲ, ਕਿਉਂਕਿ ਕਈ 100 acres ਜਿਹੜਾ ਜ਼ਮੀਨ ਦਾ ਉਹ ਹਰਿਆਣੇ ਦੇ ਵਿੱਚ ਹੈ, ਔਰ ਹਰਿਆਣੇ ਦੇ ਵਿੱਚ ਇੱਕ ਟਰੱਸਟ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਦਾ ਰਿਹਾ ਕਿ ਉਹ ਟਰੱਸਟ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਲਾਇਆ ਜਾ ਰਿਹਾ, ਉਹਦੇ ਵਿੱਚ ਕੌਣ ਕੌਣ ਮੈਂਬਰ ਨੇ, ਇਹ ਜ਼ਮੀਨਾਂ ਜਿਹੜੀਆਂ ਦੀ ਉਹ ਕੌਣ ਜਿਹੜਾ ਹਰ ਸਾਲ ਠੇਕੇ ਦੇ ਉੱਤੇ ਲੈਂਦਾ,
ਇਹ ਬੜੀਆਂ ਅਹਿਮ ਜਿਹੜੀਆਂ ਦੀਆਂ ਚੀਜ਼ਾਂ ਨੇ। ਇਸ ਕਰਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਵੱਲੋਂ ਜਿਹੜੀ ਮੀਟਿੰਗ ਲਾਈ ਗਈ ਆ, ਬਾਕੀ ਸਾਰੀਆਂ ਜਿਹੜੀਆਂ ਗੱਲਾਂ ਉਹ ਛੱਡ ਕੇ ਬਹੁਤਾ ਜਿਹੜਾ ਜੀ ਜ਼ੋਰ ਇਸ ਮੀਟਿੰਗ ਦੇ ਵਿੱਚ ਇਹ ਰਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਐਫੀਡੇਵਿਟ ਦਿੱਤਾ ਇਹਦਾ ਮੁਕਾਬਲਾ ਜਿਹੜਾ ਜੀ ਉਹ ਕੀਤਾ ਜਾਵੇ ਸੁਪਰੀਮ ਕੋਰਟ ਦੇ ਵਿੱਚ, ਤਾਂ ਕਿ ਕਿਤੇ ਸੁਪਰੀਮ ਕੋਰਟ ਜਿਹੜੀ ਆ ਉਹ ਉੱਥੇ ਹਰਿਆਣੇ ਨੂੰ ਵੱਖਰੀ ਜਿਹੜੀ ਦੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਪਰਮਿਸ਼ਨ ਨਾ ਦੇ ਦੇ। ਵੈਸੇ ਉਹਦੇ ਘੱਟ ਚਾਂਸ ਨੇ ਕਿ ਨਹੀਂ ਮਿਲੂਗੀ ਇਹ ਜਿਹੜੀ ਪਰਮਿਸ਼ਨ, ਕਿਉਂਕਿ ਹਰਿਆਣੇ ਦੀ ਵਿਧਾਨ ਸਭਾ ਨੇ ਪਹਿਲਾਂ ਹੀ ਇਹ ਪਾਸ ਜਿਹੜਾ ਜੀ ਉਹ ਕੀਤਾ ਹੋਇਆ। ਔਰ ਸੁਪਰੀਮ ਕੋਰਟ ਦੇ ਵਿੱਚ ਇਹ ਹੈ, ਅਕਾਲੀ ਜਦੋਂ ਸਰਕਾਰ ਸੀ ਇਹਨਾਂ ਨੇ ਜਿਹੜਾ ਜੀ ਹਲਫਨਾਮਾ ਦਿੱਤਾ ਸੀ ਕਿ ਨਹੀਂ ਹੋਣੀ ਚਾਹੀਦੀ, ਹੁਣ ਜਦੋਂ ਮੌਜੂਦਾ ਸਰਕਾਰ ਨੇ ਇਹ ਲਿਖ ਕੇ ਦਿੱਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਨਹੀਂ, ਹੈ ਤਾਂ ਸੰਵਿਧਾਨ ਦੇ ਹੇਠ ਹੀ, ਜੇ ਸੰਵਿਧਾਨ ਮੁਤਾਬਕ ਦੇਖਿਆ ਜਾਵੇ ਤਾਂ ਜੇ ਦਿੱਲੀ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਹੈ, ਮਹਾਰਾਸ਼ਟਰ ਦੇ ਵਿੱਚ ਵੱਖਰੀ ਆ, ਬਿਹਾਰ ਦੇ ਵਿੱਚ ਵੱਖਰੀ ਆ, ਸਾਰੇ ਜਗ੍ਹਾ ਦੇ ਉੱਤੇ ਵੱਖਰੀ ਆ, ਤੇ ਫਿਰ ਹਰਿਆਣੇ ਦੇ ਵਿੱਚ ਜਿਹੜੀ ਦੀ ਉਹ ਵੱਖਰੀ ਕਿਉਂ ਨਹੀਂ ਬਣ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਅਸੀਂ ਇਹਦੀ ਹੁਣ ਕਾਨੂੰਨੀ ਚਾਰਾਜੋਈ ਜਿਹੜੀ ਸੀ ਉਹ ਕਰਾਂਗੇ। ਉਹਦੇ 'ਚ ਕਿੰਨੇ ਕਾਮਯਾਬ ਹੁੰਦੇ ਆ ਉਹ ਬਾਅਦ ਵਾਲੀ ਗੱਲ ਹੈ, ਇੰਨਾ ਜ਼ਰੂਰ ਹੈ ਕਿ ਵਕੀਲਾਂ ਵਗੈਰਾ ਦਾ ਜਿਹੜਾ ਜੀ ਉਹ ਖਰਚਾ ਕਰਨ ਦੇ ਵਾਸਤੇ ਇੱਕ ਵੱਡਾ ਰਾਹ ਜ਼ਰੂਰ ਖੋਲ ਲਿਆ ਗਿਆ। ਜੀ 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 ਬਿਲਕੁਲ। ਤੇ ਅੱਗੇ ਸ਼ਹੀਨ ਬਾਗ ਦੀ ਤਰਜ਼ ਤੇ ਹੀ ਪੰਜਾਬ ਦੇ ਵਿੱਚ ਵੀ ਦੋ ਥਾਂ ਤੇ ਉਸ ਤਰ੍ਹਾਂ ਦਾ ਹੀ ਮੋਰਚਾ ਚੱਲੂਗਾ। ਐਕਚੁਅਲੀ ਜਿਹੜਾ ਸ਼ਾਹੀਨ ਬਾਗ ਹੈ ਉਹ ਤੁਸੀਂ ਇਹ ਕਹਿ ਲਓ ਕਿ ਇੱਕ ਸਿੰਬੋਲਿਕ ਰੂਪ ਦੇ ਵਿੱਚ ਉਭਰਿਆ ਸੀ, ਮੁਲਕ ਦੇ ਵਿੱਚ ਉਭਰਿਆ, ਮੁਲਕ ਦੀਆਂ ਹੱਦਾਂ ਜਿਹੜੀਆਂ ਸੀ ਉਹ ਕ੍ਰੋਸ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਜੀ ਉਹ ਉਭਰਿਆ। ਜਿਹੜਾ ਇੰਟਰਨੈਸ਼ਨਲ ਮੀਡੀਆ ਉਹਨੇ ਇਹਦਾ ਨੋਟਿਸ ਜਿਹੜਾ ਜੀ ਉਹ ਲਿਆ, ਉਹਦਾ ਨੋਟਿਸ ਕਈ ਕਾਰਨਾਂ ਕਰਕੇ ਲਿਆ ਜੀ। ਇੱਕ ਤਾਂ ਉੱਥੇ ਔਰਤਾਂ ਜਿਹੜੀਆਂ ਜੀ ਉਹ ਚਲਾਈਆਂ, ਵਡੇ ਉਮਰ ਦੀਆਂ ਔਰਤਾਂ ਅਕਸਰ ਜਿਹੜਾ ਜੀ ਇਹ ਕਿਹਾ ਜਾਂਦਾ ਕਿ ਉਹ ਤਾਂ ਆਪਣੇ ਆਪ ਨੂੰ ਸੀਮਿਤ ਕਰ ਲੈਂਦੀਆਂ ਨੇ ਥੋੜੇ ਦੇ ਜਿਹੜਾ ਜੀ ਆਪਣੇ ਦਾਇਰੇ ਦੇ ਵਿੱਚ, ਦੋ ਚਾਰ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਉੱਥੋਂ ਤੱਕ ਜਿਹੜਾ ਜੀ ਜਿੰਨਾ ਕੁ ਲੋੜ ਆ ਉਹਨਾਂ ਕੁ ਬੋਲ ਲਿਆ। ਪਰ ਉਹ ਸ਼ਾਹੀਨ ਬਾਗ ਦੇ ਵਿੱਚ ਆ ਕੇ ਜਿਵੇਂ ਉਹ ਬੈਠੀਆਂ ਨੇ ਉਹ ਇੱਕ ਸਿੰਬਲ ਦੇ ਰੂਪ ਦੇ ਵਿੱਚ ਗਿਆ। ਦੂਸਰੀ ਜਿਹੜੀ ਵੱਡੀ ਗੱਲ ਸੀ ਇਹਨਾਂ ਦੀ ਉਹ ਇਹ ਹੋਈ ਕਿ ਇਹਦਾ ਇਹੀ ਨਹੀਂ ਪਤਾ ਲੱਗ ਰਿਹਾ ਬਹੁਤਿਆਂ ਨੂੰ ਕਿ ਸ਼ਾਹੀਨ ਬਾਗ ਦੇ ਮੋਰਚੇ ਨੂੰ ਕੌਣ ਚਲਾ ਰਿਹਾ, ਕਿਉਂਕਿ ਇੰਨਾ ਸਿਸਟੇਮੈਟਿਕਲੀ ਉਹ ਚੱਲ ਰਿਹਾ ਕਿ ਉੱਥੇ ਕਿਸੇ ਕਿਸਮ ਦੀ ਹਿੰਸਕ ਗੱਲ ਨਹੀਂ ਜਿਹੜੀ ਉਹ ਕੀਤੀ ਜਾ ਰਹੀ। ਕਿੰਨਾ ਉਹਦੇ ਉੱਤੇ ਜਿਹੜਾ ਜੀ ਹੱਲਾ ਬੋਲਿਆ ਗਿਆ, ਕਿੰਨੇ ਹਮਲੇ ਉਹਦੇ ਉੱਤੇ ਹੋਏ ਜਿਹੜੇ ਖਾਸ ਤੌਰ ਦੇ ਉੱਤੇ ਦਿੱਲੀ ਦੀਆਂ ਚੋਣਾਂ ਦੇ ਦੌਰਾਨ। ਤੁਸੀਂ ਇਹ ਕਹਿ ਲਓ ਕਿ ਪੂਰੀ ਕੇਂਦਰ ਦੀ ਸਰਕਾਰ, ਪ੍ਰਧਾਨ ਮੰਤਰੀ ਤੱਕ, ਗ੍ਰਹਿ ਮੰਤਰੀ ਤੱਕ, ਰਾਜਾਂ ਦੇ ਮੁੱਖ ਮੰਤਰੀਆਂ ਤੱਕ, ਸਭ ਨੂੰ ਇੱਕੋ ਚੀਜ਼ ਨਜ਼ਰ ਆਉਂਦੀ ਸੀ, ਉਹ ਸੀ ਸ਼ਾਹੀਨ ਬਾਗ। ਸ਼ਾਹੀਨ ਬਾਗ ਡੋਲਿਆ ਨਹੀਂ, ਸ਼ਾਹੀਨ ਬਾਗ ਅਡੋਲ ਰਿਹਾ। ਤੇ ਉਹ ਬਿਨਾਂ ਕਿਸੇ ਸ਼ੱਕ ਦੇ ਸੰਘਰਸ਼ ਕਰਨ ਵਾਲੇ ਲੋਕਾਂ ਦੇ ਵਾਸਤੇ ਇੱਕ ਸਿੰਬਲ ਤਾਂ ਜਿਹੜਾ ਜੀ ਉਹ ਬਣ ਗਿਆ। ਉਹਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ, ਪੰਜਾਬ ਲੇਟ ਜਾਗਿਆ ਜੀ, ਪਰ ਜਾਗਿਆ ਜ਼ਰੂਰ ਆ। ਪੰਜਾਬ ਦੇ ਵਿੱਚ ਜਿਹੜਾ ਜੀ ਦੋ ਜਗ੍ਹਾ ਦੇ ਉੱਤੇ ਉਸੇ ਤਰਜ਼ ਦੇ ਉੱਤੇ ਪੱਕੇ ਮੋਰਚੇ ਜਿਹੜੇ ਸ਼ੁਰੂ ਹੋਏ ਆ। ਇੱਕ ਤਾਂ ਜੀ ਇੱਥੇ ਜਿਹੜਾ ਲੁਧਿਆਣੇ ਦੇ ਵਿੱਚ ਜਲੰਧਰ ਬਾਈਪਾਸ ਜਿਹੜਾ ਪੈਂਦਾ, ਮੰਡੀ ਪੈਂਦੀ ਆ ਜੀ, ਦਾਣਾ ਮੰਡੀ, ਉੱਥੇ ਸਰਬ ਧਰਮ ਪ੍ਰਾਰਥਨਾ ਜਿਹੜੀ ਜੀ ਉਹ ਕੀਤੀ ਗਈ। ਸਾਰੇ ਧਰਮਾਂ ਦੇ ਲੋਕ ਇਹਦੇ ਵਿੱਚ ਸ਼ਾਮਿਲ ਹੋਏ, ਵੱਖ ਵੱਖ ਧਰਮਾਂ ਦੀਆਂ ਅਰਦਾਸਾਂ ਤੇ ਮੰਤਰ ਜਿਹੜਾ ਸੀ ਉਹ ਪੜ੍ਹ ਕੇ ਉਦੋਂ ਬਾਅਦ ਇਹ ਮੋਰਚਾ ਸ਼ੁਰੂ ਕੀਤਾ ਗਿਆ ਸੰਵਿਧਾਨ ਨੂੰ ਬਚਾਉਣ ਦੇ ਵਾਸਤੇ, ਜਿਹੜਾ ਕਿ ਪੱਕਾ ਚੱਲੂਗਾ। ਦੂਜਾ ਜਿਹੜਾ ਜੀ ਤੁਸੀਂ ਕਹਿ ਲਓ ਕਿ ਧਰਨੇ ਮਜਾਹਰਿਆਂ ਦੀ ਧਰਤੀ ਕਹੀ ਜਾਂਦੀ ਜਾਂ ਜਿੱਥੋਂ ਦੇ ਲੋਕ ਬਹੁਤ ਪਾਰਟੀਸਪੇਟ ਕਰਦੇ ਉਹ ਮਾਨਸਾ। ਮਾਨਸਾ ਦੇ ਵਿੱਚ ਸੰਵਿਧਾਨ ਬਚਾਓ ਮੰਚ ਪੰਜਾਬ ਜਿਹੜਾ ਜੀ ਉਹਦੇ ਵੱਲੋਂ ਜਿਹੜਾ ਇੱਥੇ ਗੁਰਦੁਆਰਾ ਚੌਕ ਮਾਨਸਾ ਆ ਉੱਥੇ ਨਾਗਰਿਕਤਾ ਸੋਧ ਕਾਨੂੰਨ NRC ਤੇ NPR ਦੇ ਖਿਲਾਫ ਪੱਕਾ ਮੋਰਚਾ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਦਿੱਲੀ 'ਚ ਨਫ਼ਰਤ ਦੀ ਸਿਆਸਤ ਜਿਹੜੀ ਆ ਜੀ ਉਹਨੂੰ ਖਤਮ ਕਰਨ ਦੇ ਵਾਸਤੇ ਇਹ ਮੋਰਚਾ ਜਿਹੜਾ ਜੀ ਉਹ ਸਟਾਰਟ ਕੀਤਾ ਗਿਆ। ਮਾਨਸਾ ਤੇ ਇਹਦੇ ਜਿਹੜਾ ਜੀ ਨੇੜੇ ਤੇੜੇ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੁਝ ਜਿਹੜੇ ਕਲਾਕਾਰ ਨੇ ਉਹ ਨੁੱਕੜ ਨਾਟਕ ਖੇਡ ਰਹੇ ਆ, ਥਾਂ ਥਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਇਹਨਾਂ ਮੋਰਚਿਆਂ ਦੇ ਵਿੱਚ, ਖਾਸ ਤੌਰ ਤੇ ਮਾਨਸਾ ਵਾਲਾ ਜਿਹੜਾ ਮੋਰਚਾ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਜਿਹੜੀ ਸੀ ਉਹ ਵਧੇ। ਕਿਉਂਕਿ ਇਹ ਆ ਕਿ ਇਹਦੇ ਵਿੱਚੋਂ ਨੌਜਵਾਨ ਗਾਇਬ ਨੇ, ਇਹ ਵੀ ਮੰਨਣ ਵਾਲੀ ਗੱਲ, ਉਹ ਜਿਹੜੇ ਨੇ ਜੀ ਉਹ ਟਰਾਲੀਆਂ ਦੇ ਉੱਤੇ ਚੜ ਕੇ ਜਾ ਰਹੇ ਆ ਵੀ ਡਾਲਰਾਂ ਵਾਂਗੂ ਨਾਮ ਸਾਡਾ ਚੱਲਦਾ ਉਧਰ ਨੂੰ, ਜਿਹੜਾ ਜੀ ਉਹ ਉਸ ਪਾਸੇ ਵੱਲ ਨੂੰ ਤੋਰ ਦਿੱਤੇ ਗਏ ਆ ਇੱਕ ਕਿਸਮ ਦੇ ਨਾਲ, ਤੇ ਕਿਉਂਕਿ ਇਸ ਉਮਰ ਦੇ ਵਿੱਚ ਗਲਤ ਪਾਸੇ ਤੋਰਨਾ ਜਿਹੜਾ ਜੀ ਉਹ ਸੌਖਾ ਹੁੰਦਾ, ਇਸੇ ਕਰਕੇ ਉਹ ਬਾਰ ਬਾਰ ਕਹਿੰਦੇ ਕਿ ਜਿਹੜੀ ਜਿਹੜਾ ਇੰਜੈਕਟ ਕੀਤਾ ਜਾ ਰਿਹਾ ਨਾ ਇਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਖਤਰਨਾਕ ਹੈ, ਜੋ ਕੁਛ ਇੰਜੈਕਟ ਜਿਹੜਾ ਜੀ ਇਹ ਨਵੀਂ ਪੀੜ੍ਹੀ ਨੂੰ ਕੀਤਾ ਜਾ ਰਿਹਾ। ਪਰ
ਇਹ ਦੋ ਜਗ੍ਹਾ ਦੇ ਉੱਤੇ ਸ਼ੁਰੂ ਹੋਇਆ ਜਿਹੜਾ ਉਹ ਮੋਰਚਾ ਹੈ, ਕਿਤੇ ਨਾ ਕਿਤੇ ਕੁਛ ਜਿਹੜਾ ਜੀ ਇਹਦਾ ਅਸਰ ਜ਼ਰੂਰ ਜਿਹੜਾ ਉਹ ਪਊਗਾ। ਆਉਂਦੇ ਦਿਨਾਂ ਦੇ ਦੌਰਾਨ ਦੇਖਦੇ ਹਾਂ ਜੀ ਕਿ ਇਹਦੇ ਵਿੱਚ ਸ਼ਮੂਲੀਅਤ ਕਿੰਨੇ ਲੋਕਾਂ ਦੀ ਜਿਹੜੀ ਹੁੰਦੀ ਹੈ, ਪਰ ਇਹ ਪੱਕੇ ਤੌਰ ਦੇ ਉੱਤੇ ਜਿਹੜਾ ਜੀ ਉਹ ਬਹਿ ਜਾਣਾ, ਇਹ ਕੋਈ ਦਿੱਲੀ ਤੋਂ ਬਾਅਦ ਪਹਿਲਾ ਜਿਹੜਾ ਜੀ ਉਹ ਸ਼ਹਿਰ ਨਹੀਂ ਆ, ਬਲਕਿ ਮੁਲਕ ਦੇ ਵਿੱਚ 32 ਤੋਂ ਉੱਪਰ ਸ਼ਹਿਰਾਂ ਦੇ ਵਿੱਚ ਜਿਹੜੇ ਜੀ ਇਸ ਤਰ੍ਹਾਂ ਦੇ ਮੋਰਚੇ ਪੱਕੇ ਵੱਖ ਵੱਖ ਜਿਹੜੇ ਸੂਬਿਆਂ ਦੇ ਸ਼ਹਿਰਾਂ ਦੇ ਵਿੱਚ ਇਹ ਮੋਰਚੇ ਚੱਲ ਰਹੇ ਹੈ ਜੀ। ਤੇ ਅੱਗੇ ਗੱਲ ਕਰਦੇ ਪੰਜਾਬ ਸਰਕਾਰ ਦੀ, ਸ਼ਰਾਬ ਦੇ ਠੇਕੇਦਾਰਾਂ ਤੇ ਬੜੀ ਮਿਹਰਬਾਨ ਹੈ ਜੀ। ਜਿਹੜੇ ਉਹਨਾਂ ਦੇ ਉੱਤੇ ਸਿਆਸੀ ਛਤਰੀ ਜਿਹੜੀ ਦੀ ਉਹ ਹੈ ਪੂਰੇ ਮੁਕੰਮਲ ਤੌਰ ਦੇ ਉੱਤੇ ਹੈ ਇਸ ਵੇਲੇ। ਜਿਹੜਾ ਆਬਕਾਰੀ ਵਿਭਾਗ ਹੈ ਉਹਨੇ ਪੰਜਾਬ ਦੇ ਜਿਹੜੇ ਸੀਨੀਅਰ ਆਫਿਸਰ ਨੇ ਉਹਨਾਂ ਨੇ ਅੰਦਰੋਂ ਅੰਦਰੀ ਇਹਨਾਂ ਡਿਫਾਲਟਰ ਜਿਹੜੇ ਠੇਕੇਦਾਰ ਹੈ ਉਹਨਾਂ ਨੂੰ ਹਰੀ ਝੰਡੀ ਦਿੱਤੀ ਹੈ ਕਿ ਇਹਨਾਂ ਨੇ ਆਪਣੀ ਜਿਹੜੀ ਜਾਇਦਾਦ ਦੇ ਤਬਾਦਲੇ ਵੀ ਕਰਨੇ ਜਿਹੜੇ ਉਹ ਸ਼ੁਰੂ ਕਰਤੇ ਆ। ਖਜ਼ਾਨਾ ਮੰਤਰੀ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਕਹਿੰਦਾ ਹੈ ਕਿ ਖਾਲੀ ਖਜ਼ਾਨਾ ਹੈ ਨਹੀਂ ਕੁਛ ਵੀ, ਪਰ ਡਿਫਾਲਟਰ ਜਿਹੜੇ ਠੇਕੇਦਾਰ ਨੇ ਉਹਨਾਂ ਦੀ ਵਸੂਲੀ ਦੇ 4 ਸਾਲਾਂ ਤੋਂ ਬਾਅਦ ਵੀ ਇਹਨਾਂ ਦੀ ਵਸੂਲੀ ਨਹੀਂ ਹੋਣ ਦੇਣੀ, ਹੋਣ ਦਿੱਤੀ ਜੀ ਡਿਫਾਲਟਰ ਠੇਕੇਦਾਰਾਂ ਦੀ, ਔਰ ਉਹਨਾਂ ਨੂੰ ਚੋਰ ਮੋਰੀਓ ਨਿਕਲਣ ਦਾ ਮੌਕਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਜਿਹੜੇ ਆਬਕਾਰੀ ਅਧਿਕਾਰੀ ਨੇ ਉਹ 4 ਵਰ੍ਹਿਆਂ ਤੋਂ ਬਾਅਦ ਜਿਹੜੇ ਕਾਗਜ਼ ਪੱਤਰ ਹੈ ਜੀ ਉਹਦੇ ਤੋਂ ਹੀ ਬਾਹਰ ਨਹੀਂ ਨਿਕਲ ਰਹੇ। ਪੰਜਾਬ ਸਰਕਾਰ ਦੇ ਵੱਲੋਂ ਐਤਕੀ 19-20 ਦੇ ਦੌਰਾਨ ਸ਼ਰਾਬ ਤੋਂ 6,201 ਕਰੋੜ ਰੁਪਈਏ ਦੀ ਆਮਦਨੀ ਦਾ ਟੀਚਾ ਮਿੱਥਿਆ ਗਿਆ ਸੀਗਾ, ਅਜੇ ਨੇੜੇ ਤੇੜੇ ਵੀ ਨਹੀਂ ਕਰੀ, ਮਾਰਚ ਦੇ 31 ਤੱਕ ਜਿਹੜਾ ਜੀ ਉਹ ਚੱਲਣਾ ਪੂਰਾ ਨਹੀਂ ਹੋ ਸਕਦਾ। ਉੱਤੋਂ ਸ਼ਰਾਬ ਦੇ ਠੇਕੇਦਾਰਾਂ ਨੇ ਜਿਹੜੇ ਸਾਲ 16-17 ਤੇ 17-18 ਦੇ ਡਿਫਾਲਟਰ ਨੇ ਉਹਨਾਂ ਤੋਂ ਜਿਹੜੇ ਇਹ ਪੈਸੇ ਕਿਵੇਂ ਵਸੂਲ ਕੀਤੇ ਜਾਣ ਇਹਦੇ ਲਈ ਕੋਈ ਸਟੈਪ ਜਿਹੜੇ ਜੀ ਉਹ ਨਹੀਂ ਚੁੱਕੇ ਜਾ ਰਹੇ। ਬਠਿੰਡੇ ਦੇ ਵਿੱਚ ਡਿਫਾਲਟਰ ਠੇਕੇਦਾਰ ਦੇ ਉੱਤੇ ਇੱਕ ਜਿਹੜਾ ਜੀ ਮੰਤਰੀ ਆ ਉਹਦੀ ਪੂਰੀ ਛਤਰੀ ਆ, ਬਿਨਾਂ ਜਿਹੜਾ ਜੀ ਉਹ ਪੈਸੇ ਧੇਲੇ ਤੋਂ ਉਹ ਆਪਣਾ ਜਿਹੜਾ ਜੀ ਉਹ ਅਸਮਾਨਾਂ 'ਚ ਉੱਡ ਰਿਹਾ। ਔਰ ਬਠਿੰਡਾ ਡਿਸਟ੍ਰਿਕਟ ਦੀਆਂ 3 ਸ਼ਰਾਬ ਕੰਪਨੀਆਂ ਦੇ ਵੱਲ 78 ਕਰੋੜ ਦੀ ਵਸੂਲੀ 4 ਸਾਲਾਂ ਤੋਂ ਰੁਕੀ ਹੋਈ ਹੈ, ਸਿਆਸੀ ਪਹੁੰਚ ਹੈ। ਇਸ ਕਰਕੇ ਆਬਕਾਰੀ ਅਧਿਕਾਰੀ ਵੀ ਜਿਹੜਾ ਜੀ ਉਹ ਚੁੱਪ ਕਰਕੇ ਗਾਹ ਲੰਘ ਜਾਂਦੇ ਆ। ਮਾਲ ਮਹਿਕਮੇ ਦੇ ਰਿਕਾਰਡ ਦੇ ਵਿੱਚ ਇਹਨਾਂ ਡਿਫਾਲਟਰ ਠੇਕੇਦਾਰਾਂ ਦੀ ਜਿਹੜੀ ਜਾਇਦਾਦ ਹੈ ਉਹਦੀ ਰੈੱਡ ਐਂਟਰੀ ਪਾ ਦਿੱਤੀ ਗਈ ਸੀਗੀ, ਔਰ ਹੁਣ ਸਿਆਸੀ ਪਹੁੰਚ ਰੱਖਣ ਵਾਲੇ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਉਹ ਰੋਕ ਲਾਏ ਜਾਣ ਦੇ ਬਾਵਜੂਦ ਆਪਣੀਆਂ 2 ਜਿਹੜੀਆਂ ਲਗਜ਼ਰੀ ਗੱਡੀਆਂ ਨੇ ਉਹਨਾਂ ਨੇ ਆਪਣੇ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨਾਂ ਦੇ ਉੱਤੇ ਜਿਹੜੀਆਂ ਜੀ ਉਹ ਤਬਦੀਲ ਕਰ ਦਿੱਤੀਆਂ ਨੇ। ਜਿਹੜੇ ਆਬਕਾਰੀ ਅਫਸਰ ਨੇ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਛ ਜਿਹੜਾ ਜੀ ਉਹ ਹੋ ਰਿਹਾ। ਆਬਕਾਰੀ ਮਹਿਕਮਾ ਡਿਫਾਲਟਰਾਂ ਦੀ ਜ਼ਮੀਨ ਜਿਹੜੀ ਆ ਜੀ ਉਹ ਨਿਲਾਮ ਕਰਨ ਦੇ ਵਾਸਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਸਰਕਾਰ ਜਿਹੜੀ ਆ ਉਹ ਡਿਫਾਲਟਰ ਕਿਸਾਨਾਂ ਨੂੰ ਅਦਾਲਤਾਂ ਦੇ ਵਿੱਚ ਘੜੀਸ ਰਹੀ ਆ, ਔਰ ਜਿਹੜੇ ਫੜ ਕੇ ਜੇਲ੍ਹਾਂ ਦੇ ਵਿੱਚ ਵੀ ਕਿਸਾਨ ਜਿਹੜੇ ਜੀ ਉਹ ਕਈ ਦਿੱਤੇ ਹੋਏ ਆ। ਪਰ ਦੂਜੇ ਪਾਸੇ ਇਹ ਜਿਹੜੇ ਡਿਫਾਲਟਰ ਠੇਕੇਦਾਰ ਨੇ ਜੀ ਉਹਨਾਂ ਨੂੰ ਇੱਕ ਸੁਰੱਖਿਅਤ ਲਾਂਘਾ ਜਿਹੜਾ ਜੀ ਉਹ ਪ੍ਰਦਾਨ ਕੀਤਾ ਜਾ ਰਿਹਾ, ਅੱਗੇ ਇੱਧਰੋਂ ਦੀ ਹੋ ਕੇ ਲੰਘ ਜਾਓ ਜੀ। ਇਹ ਹਾਲਾਤ ਜਿਹੜੇ ਜੀ ਉਹ ਪੰਜਾਬ ਦੇ ਬਣਾ ਦਿੱਤੇ ਗਏ ਆ। ਕਈ ਵਾਰੀ ਹੁੰਦਾ ਜੀ ਕਿ ਇਹ ਲਿਖ ਦਿੱਤਾ ਜਾਵੇ ਜਿੱਥੋਂ ਪੰਜਾਬ ਦੀਆਂ ਸਰਹੱਦਾਂ ਜਿਹੜੀਆਂ ਸ਼ੁਰੂ ਹੁੰਦੀਆਂ ਨੇ ਕਿ ਪੰਜਾਬ ਦੇ ਜਿਹੜਾ ਗਰੀਬ ਸੂਬੇ ਦੇ ਵਿੱਚ ਜਿਹੜੇ ਅਮੀਰ ਕੁਛ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਸੂਬੇ ਦੇ ਵਿੱਚ ਜਿਹੜਾ ਜੀ ਉਹ ਸਵਾਗਤ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਜੋ ਮੰਦੇ ਹਾਲ ਨੇ ਉਹਦੇ ਵਿੱਚ ਕੋਈ ਰਾਜਨੀਤਿਕ ਤਾਂ ਮੰਦੇ ਹਾਲਾਂ ਦੇ ਵਿੱਚੋਂ ਨਹੀਂ ਲੰਘ ਰਿਹਾ ਜੀ, ਰਾਜਨੀਤਿਕ ਲੋਕ ਹੀ ਜਿਹੜੇ ਜੀ ਉਹ ਬਿਜ਼ਨਸ ਦੇ ਉੱਤੇ ਕਾਬਜ਼ ਨੇ, ਔਰ ਇਹਨਾਂ ਇਹਨਾਂ ਲੋਕਾਂ ਨੂੰ ਕੋਈ ਅਸਰ ਨਹੀਂ ਜਿਹੜਾ ਜੀ ਪਿਆ, ਬਲਕਿ ਉਹਨਾਂ ਦੇ ਤਾਂ ਕੰਮ ਵਧੇ ਆ, ਉਹਨਾਂ ਦੇ ਤਾਂ ਪੈਸੇ ਜਿਹੜੇ ਆ ਜੀ ਉਹ ਵਧੇ ਆ, ਉਹਨਾਂ ਦੀਆਂ ਪ੍ਰੋਪਰਟੀ ਜਿਹੜੀਆਂ ਵਧੀਆਂ ਨੇ, ਵਧੀਆਂ ਕਿਵੇਂ ਨੇ ਉਹਦੀ ਇੱਕ ਇਹ ਮਿਸਾਲ ਹੈ। ਇਹ ਕੁਛ ਤਾਂ ਉਹ ਜੀ ਚਾਹੁੰਦੇ ਆ। ਤੇ ਅੱਗੇ ਗੱਲ ਕਰਦੇ ਆ ਜਥੇਦਾਰ ਦੀ ਤੇ ਰਵਣੀ ਬਿੱਟੂ ਦੀ, ਇਹਨਾਂ ਦੇ ਵਿਚਾਲੇ ਸ਼ਬਦ ਦੀ ਜੰਗ ਬਹੁਤ ਤੇਜ਼ ਹੋ ਗਈ ਹੁਣ। ਚੱਲ ਤਾਂ ਪਿਛਲੇ ਦਿਨਾਂ ਤੋਂ ਜਿਹੜੀ ਆ ਜੀ ਇਹ ਰਹੀ ਆ, ਔਰ ਜਿਹੜੇ ਰਵਨੀਤ ਸਿੰਘ ਬਿੱਟੂ ਆ ਉਹਨੇ ਇਹ ਕਿਹਾ ਕਿ ਉਹਦੇ ਪਰਿਵਾਰ ਦੇ ਬਾਰੇ ਜਿਹੜਾ ਦਿੱਤਾ ਗਿਆ ਬਿਆਨ ਹੈ ਉਹ ਉਹਦਾ ਵਿਰੋਧ ਕਰ ਰਹੇ ਨੇ ਤੇ ਕਰਦੇ ਰਹਿਣਗੇ। ਇਹ ਵੀ ਕਿਹਾ ਕਿ ਜਦੋਂ ਜਥੇਦਾਰ ਦੇ ਵੱਲੋਂ ਬੇਅੰਤ ਸਿੰਘ ਦੀ 3ਜੀ ਪੀੜ੍ਹੀ ਦਾ ਸੋਧਾ ਲਾਉਣ ਦੇ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਤਾਂ ਇਹ ਮੰਦਭਾਗਾ, ਔਰ ਉਹਦੇ ਪਰਿਵਾਰ ਦੇ ਵਾਸਤੇ ਇਹ ਵੱਡਾ ਖਤਰਾ ਵੀ ਆ। ਉਹਨੇ ਤਖ਼ਤ ਕੇਸਗੜ੍ਹ ਦੇ ਜਥੇਦਾਰ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਹ ਕਿਹਾ ਕਿ ਉਹ ਉਹਨਾਂ ਨੂੰ ਜ਼ਾਬਤੇ ਦੇ ਵਿੱਚ ਰਹਿਣ ਦੀ ਸਿੱਖਿਆ ਦੇਣ ਦੀ ਜਗ੍ਹਾ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਸੀਹਤ ਜਿਹੜੀ ਆ ਜੀ ਉਹ ਦੇਣ। ਦੇਖਿਆ ਜਾਵੇ ਤਾਂ ਰਵਨੀਤ ਸਿੰਘ ਬਿੱਟੂ ਹੁਰੀ
ਉਹਨਾਂ ਦਾ ਏਜੰਡਾ ਜਿਹੜਾ ਦੀ ਤਕਰੀਬਨ ਹੁੰਦਾ ਸਾਲ ਦੇ ਵਿੱਚ ਦੋ ਕੁ ਵਾਰੀ ਜਿਹੜਾ ਜੀ ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਉਭਾਰ ਦਿਓ ਤੇ ਮੁੜ ਕੇ ਸਾਲ ਭਰ ਕੰਮ ਜਿਹੜਾ ਠੀਕ ਚੱਲਦਾ ਰਹਿੰਦਾ, ਭਾਵ ਕਿ ਆਲੇ ਦੁਆਲੇ ਸਿਕਿਉਰਿਟੀ ਸਕਿਉਰਿਟੀ ਵਾਲੇ ਜਿਹੜੇ ਘੱਟਦੇ ਨੀਗੇ। ਪਰ ਇਹ ਜਿਹੜਾ ਜਥੇਦਾਰ ਹੋਰਾਂ ਨੇ ਜਿਹੜਾ ਜੀ ਉਹ ਛੇੜਿਆ, ਚਿਚੜੀ ਛੇੜਨੀ ਜਿਹਨੂੰ ਕਹਿੰਦੇ ਆ ਜੀ, ਉਹ ਇਸ ਕਿਸਮ ਦੀ ਹੈ। ਜਿਹੜਾ ਰਵਨੀਤ ਸਿੰਘ ਬਿੱਟੂ ਆ ਉਹ ਇਹ ਕਹਿੰਦਾ ਕਿ ਜਾਂ ਤਾਂ ਜਥੇਦਾਰ ਜਿਹੜਾ ਜੀ ਉਹਨੂੰ ਸਮਾਂ ਦੇ ਕੇ ਬੁਲਾ ਲੈਣ ਜਿਹੜਾ ਅਕਾਲ ਤਖਤ ਦੇ ਉੱਤੇ, ਨਹੀਂ ਤਾਂ ਉਹ ਆਪ ਜਿਹੜਾ ਜੀ ਉੱਥੇ ਪੇਸ਼ ਹੋ ਜਾਊਗਾ ਤੇ ਫਿਰ ਜਥੇਦਾਰ ਉਹਦਾ ਸੋਧਾ ਜਿਹੜਾ ਜੀ ਉਹ ਲਾ ਦੇਣ। ਇਹਦੀ ਜਿਹੜਾ ਜੀ ਕਹਿਤਾ ਕਿ ਜੇ ਜ਼ਰੂਰਤ ਪਈ ਤਾਂ ਰਘਬੀਰ ਸਿੰਘ ਦੇ ਕੋਲੇ ਵੀ ਉਹ ਹਾਜ਼ਰ ਹੋ ਜਾਣਗੇ, ਜੇ ਰਘਬੀਰ ਸਿੰਘ ਨੇ ਸੋਧਾ ਲਾਉਣਾ ਤੇ ਬੇਸ਼ੱਕ ਉਹ ਜਿਹੜਾ ਜੀ ਉਹ ਲਾ ਲੈਣ। ਇਹਦੀ ਜਿਹੜਾ ਜੀ ਰਵਦੀਪ ਸਿੰਘ ਬਿੱਟੂ ਨੇ ਕਿਹਾ ਕਿ ਜਿਹੜਾ ਹਰਪ੍ਰੀਤ ਸਿੰਘ ਤੇ ਗੋਬਿੰਦ ਸਿੰਘ ਲੌਂਗੋਵਾਲ ਆ ਉਹਦੇ ਵੱਲੋਂ ਰਾਜੋਆਣਾ ਵਰਗਿਆਂ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾਂਦਾ ਹੈ, ਦੂਜੇ ਪਾਸੇ ਉਹਨਾਂ ਦੇ ਪਰਿਵਾਰ ਦੀ ਤੀਜੀ ਪੀੜ੍ਹੀ ਨੂੰ ਸੋਧਾ ਲਾਉਣ ਦੀ ਜਿਹੜੀ ਆ ਜੀ ਉਹ ਗੱਲ ਕੀਤੀ ਜਾ ਰਹੀ ਹੈ। ਬਿੱਟੂ ਇਹ ਵੀ ਕਹਿੰਦਾ ਹੈ ਕਿ ਇਹਦੇ ਬਾਰੇ ਛੇਤੀ ਉਹ ਕੌਮ ਦੇ ਵਿਦਵਾਨਾਂ, ਸੰਤਾਂ, ਮਹਾਂਪੁਰਸ਼ਾਂ, ਨਿਹੰਗ ਸਿੰਘ ਮੁਖੀਆਂ, ਤਖਤਾਂ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਜਥੇਦਾਰਾਂ ਨੂੰ ਚਿੱਠੀ ਲਿਖ ਕੇ ਜਿਹੜਾ ਜੀ ਉਹ ਕਹਿਣਗੇ ਕਿ ਜਾਂ ਤਾਂ ਹਰਪ੍ਰੀਤ ਸਿੰਘ ਆਪਣੇ ਕਹੇ ਸ਼ਬਦ ਵਾਪਸ ਲਏ ਜਾਂ ਇਸ ਗੱਲ ਦਾ ਨਿਤਾਰਾ ਕਰਨ ਤੇ ਸੋਧਾ ਲਾਉਣ ਦੇ ਬਿਆਨ ਜਿਹੜੇ ਜੀ ਉਹ ਕਿੰਨੇ ਕੁ ਸਹੀ ਹੈ। ਪਰ ਵੇਖਣਾ ਜਿਹੜਾ ਵੀ ਇਹ ਹੋਊਗਾ ਕਿਉਂਕਿ ਜਿਹੜੇ ਸਿਆਸੀ ਲੋਕ ਹੁੰਦੇ ਆ ਜੀ ਉਹਨਾਂ ਨੂੰ ਹਰ ਚੀਜ਼ ਦੇ ਵਿੱਚੋਂ ਸਿਆਸਤ ਦਿਸਦੀ ਆ ਔਰ ਖਾਸ ਤੌਰ ਦੇ ਉੱਤੇ ਉਹ ਇਹ ਸੋਚਦੇ ਆ ਕਿ ਇਸ ਜਗ੍ਹਾ ਦੇ ਉੱਤੋਂ ਉਹਨਾਂ ਨੂੰ ਖਬਰਾਂ ਜਿਹੜੀਆਂ ਜੀ ਉਹ ਮਿਲ ਸਕਦੀਆਂ ਨੇ। ਜਦੋਂ ਦੌੜ ਖਬਰਾਂ ਦੀ ਹੋਵੇ ਉਹ ਕੀ ਜਥੇਦਾਰ ਤੇ ਕੀ ਬਿੱਟੂ ਕੋਈ ਵੀ ਇਹਨਾਂ ਮਾਮਲਿਆਂ 'ਚ ਘੱਟ ਨਹੀਂ ਹੁੰਦਾ ਜੀ। ਬਿਲਕੁਲ ਰੁਝਾਨ ਮਾੜਾ ਆ। ਤੇ ਅੱਗੇ ਗੱਲ ਕਰਦੇ ਹਾਂ ਦੂਜੇ ਸੂਬਿਆਂ ਦੇ ਜਿਹੜੇ ਹੋਮ ਮੇਡ ਹਥਿਆਰ ਆ ਉਹ ਪੰਜਾਬ ਦੇ ਵਿੱਚ ਹੀ ਕਿਉਂ ਸਮਗਲ ਹੋ ਰਹੇ ਆ? ਕਿਉਂਕਿ ਏਦਾਂ ਹੁੰਦਾ ਜੀ ਡਿਮਾਂਡ ਐਂਡ ਸਪਲਾਈ, ਜਿੱਥੇ ਡਿਮਾਂਡ ਹੈ ਉੱਥੇ ਸਪਲਾਈ ਜਿਹੜੀ ਵੀ ਹੋਊਗੀ। ਕਿਸੇ ਸਮੇਂ ਦੇਖਿਆ ਜਾਂਦਾ ਸੀਗਾ ਜੀ ਕਿ ਬਿਹਾਰ ਦੇ ਵਿੱਚ ਜਿਹੜਾ ਕੱਟਾ ਜਿਹਨੂੰ ਕਹਿੰਦੇ ਆ ਜੀ ਉਹ ਸਭ ਤੋਂ ਵੱਧ ਲੱਗਦਾ ਸੀ, ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਉਹ ਲੱਗਦਾ ਸੀਗਾ। ਹੁਣ ਜਿਹੜੀਆਂ ਕੁਛ ਰਿਪੋਰਟਾਂ ਆ ਰਹੀਆਂ ਨੇ ਜਿਹੜੀਆਂ ਕਿ ਖੁਫੀਆ ਵਿੰਗ ਦੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਸਰਗਰਮ ਗੈਂਗਸਟਰ ਨੇ ਉਹਨਾਂ ਨੂੰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵਿੱਚ ਬਣ ਰਹੇ ਜਿਹੜੇ ਹੋਮ ਮੇਡ ਲੇਟੈਸਟ ਟਾਈਪ ਦੇ ਪਿਸਤੌਲ ਨੇ ਉਹ ਸਪਲਾਈ ਜਿਹੜੇ ਦੀ ਉਹ ਕੀਤੇ ਜਾ ਰਹੇ ਨੇ। ਇੰਟੈਲੀਜੈਂਸ ਦੇ ਸੂਤਰ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਹ ਹਥਿਆਰ ਜਿਹੜੇ ਆ ਜੀ ਜਿਹੜੇ ਇੰਟਰਨੈਸ਼ਨਲ ਸਮਗਲਰ ਨੇ ਉਹਨਾਂ ਦੇ ਵੱਲੋਂ ਹੀ ਸਪਲਾਈ ਨਹੀਂ ਕੀਤੇ ਜਾ ਰਹੇ, ਸਗੋਂ ਪੰਜਾਬ ਦੇ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਅਸਲਾ ਡੀਲਰਾਂ ਦੇ ਵੱਲੋਂ ਵੀ ਸਪਲਾਈ ਕੀਤੇ ਜਾ ਰਹੇ ਆ। ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਨਾਲ ਸੰਬੰਧਿਤ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਸਕਰਾਂ ਦੀ ਗਿਣਤੀ ਜਿਹੜੀ ਜੀ ਉਹ ਅੱਧੀ ਦਰਜਨ ਦੇ ਕਰੀਬ ਹੈ। ਪੁਲਿਸ ਨੇ ਅਬੋਹਰ ਦਾ ਇੱਕ ਅਸਲਾ ਡੀਲਰ ਗ੍ਰਿਫਤਾਰ ਕੀਤਾ, ਇਹਦੇ ਤੋਂ ਦਰਜਨ ਦੇ ਕਰੀਬ ਹੋਰ ਅਸਲਾ ਡੀਲਰ ਪੁਲਿਸ ਦੇ ਨਿਸ਼ਾਨੇ ਦੇ ਉੱਤੇ ਆ। ਜਿਹੜਾ ਗੈਂਗਸਟਰ ਆ ਜੀ ਸੁਖਪ੍ਰੀਤ ਸਿੰਘ ਬੁੱਢਾ ਉਹਦੇ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਦੇ ਉੱਤੇ ਪੰਜਾਬ ਪੁਲਿਸ ਨੇ ਅਸ਼ੀਸ਼ ਨਾਮ ਦੇ ਇੱਕ ਸਮਗਲਰ ਨੂੰ ਗ੍ਰਿਫਤਾਰ ਕੀਤਾ। ਅਸ਼ੀਸ਼ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਜਿਹੜੀ NIA ਨੂੰ ਵੀ ਕਈ ਅਹਿਮ ਫੌਜਦਾਰੀ ਮਾਮਲਿਆਂ ਦੇ ਵਿੱਚ ਉਹ ਲੋੜੀਂਦਾ ਸੀਗਾ। ਉਹਦੇ ਵੱਲੋਂ 100 ਤੋਂ ਵੱਧ ਪਿਸਤੌਲ ਜਿਹੜੇ ਆ ਜੀ ਉਹ ਸੁੱਖਾ ਕਾਲਵਾਂ, ਅਕੁਲ ਖੱਤਰੀ, ਪ੍ਰੀਤ ਫਗਵਾੜਾ, ਜੱਗੂ ਭਗਵਾਨਪੁਰੀਆ, ਦੁਗਨੀ ਸੁਖਪ੍ਰੀਤ ਬੁੱਢਾ, ਇਹਨਾਂ ਸਾਰਿਆਂ ਨੂੰ ਸਪਲਾਈ ਜਿਹੜੇ ਜੀ ਉਹ ਕੀਤੇ ਗਏ ਆ। ਇਹਨਾਂ ਪਿਸਤੌਲਾਂ ਦੀ ਕੀਮਤ 35,000 ਤੋਂ 60,000 ਰੁਪਈਏ ਪਰ ਪਿਸਤੌਲ ਜਿਹੜੀ ਆ ਜੀ ਉਹ ਰੱਖੀ ਗਈ ਆ। ਔਰ ਇਹ ਪਿਸਤੌਲ ਆਮ ਤੌਰ ਦੇ ਉੱਤੇ 30 ਤੇ 32 ਬੋਰ ਦੇ ਆ। ਇਹ ਜਿਹੜੇ ਜੀ ਜਿਹੜੇ ਲੇਟੈਸਟ ਹਥਿਆਰ ਨੇ ਉਹਨਾਂ ਦਾ ਮੁਕਾਬਲਾ ਕਰਦੇ ਆ ਜੀ। ਕਹਿਣ ਨੂੰ ਇਹ ਕੱਟਾ ਦੇਸੀ ਆ, ਦੇਸੀ ਨਹੀਂ ਐਕਚੁਲੀ ਜਿਹੜੇ ਲੇਟੈਸਟ ਹਥਿਆਰ ਨੇ ਉਹਨਾਂ ਨਾਲੋਂ ਵੀ ਇਹ ਬੈਟਰ ਨੇ। ਜਿਹੜਾ ਇਹ ਫੜਿਆ ਗਿਆ ਉਹਨੇ ਇਹ ਦੱਸਿਆ ਜੀ ਕਿ ਬਿਹਾਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇਹ ਪਿਸਤੌਲ ਘਰਾਂ ਦੇ ਵਿੱਚ ਹੀ ਬਣਦੇ ਆ ਔਰ ਇਹਨਾਂ ਪਿਸਤੌਲਾਂ ਦੇ ਉੱਤੇ ਸ਼ਹਿਰ ਤੇ ਪਿੰਡ ਦਾ ਨਾਮ ਵੀ ਜਿਹੜਾ ਜੀ ਉਹ ਲਿਖਿਆ ਹੋਇਆ। ਔਰ ਇਸ ਤਰ੍ਹਾਂ ਦੇ 100 ਪਿਸਤੌਲ ਤਾਂ ਇੱਕ ਬੰਦਾ ਹੀ ਜਿਹੜਾ ਜੀ ਉਹ ਇੱਥੇ ਡਿਲੀਵਰ ਕਰ ਚੁੱਕਿਆ ਹੋਇਆ ਜੀ। ਔਰ ਇਹਨੂੰ 2012 ਦੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਡਰੱਗ ਦੇ ਮਾਮਲੇ 'ਚ। ਉਹਨੂੰ ਨਾਭਾ ਜੇਲ੍ਹ ਭੇਜਿਆ ਗਿਆ ਸੀ, ਉੱਥੇ ਹੀ ਉਹਦਾ ਗੈਂਗਸਟਰਾਂ ਦੇ ਨਾਲ ਜਿਹੜਾ ਜੀ ਉਹ ਸੰਪਰਕ ਹੋਇਆ, ਜਿਹਨੇ ਹਥਿਆਰਾਂ ਜਿਹੜੇ ਉਹ ਸਪਲਾਈ ਕਰਨੇ ਉਹਨਾਂ ਨੂੰ ਸ਼ੁਰੂ ਜਿਹੜਾ ਜੀ ਉਹ ਕੀਤੇ। ਜਲਾਲਾਬਾਦ ਦਾ ਇੱਕ ਅਸਲਾ ਡੀਲਰ ਆ ਜੀ, ਉਹਨੇ ਵੀ ਜਿਹੜੇ ਇਸੇ ਤਰੀਕੇ ਦੇ ਜਿਹੜੇ ਹਥਿਆਰ ਸੀ ਉਹ ਸਪਲਾਈ ਗੈਂਗਸਟਰਾਂ ਨੂੰ ਕੀਤੇ। ਜਿਹੜੇ ਅਸਲਾ ਡੀਲਰ ਨੇ ਇਹ ਉਹਨਾਂ ਦੇ ਰਾਹੀਂ ਅੱਗੋਂ ਜਿਹੜਾ ਜੀ ਉਹ ਵੇਚਦੇ ਆ। ਜੇ ਪੁੱਛਿਆ ਸੀ ਵੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਕਿਉਂ, ਹੁਣ ਇਹੀ ਸਵਾਲ ਹੈ ਜੀ ਜਿਹੜਾ ਆਪਾਂ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਜੀ ਉਹ ਉਠਾ ਰਹੇ ਹਾਂ ਕਿ ਜਦੋਂ ਤੁਸੀਂ
ਇੰਜੈਕਟ ਜਿਹੜੀ ਚੀਜ਼ ਜਿਹੜੀ ਉਹ ਕਰ ਰਹੇ ਹੋ, ਤਾਂ ਹਰੇਕ ਦੀ ਜਿਹੜੀ ਇੱਕ ਇੱਛਾ ਤਾਂ ਹੋਊਗੀ ਨਾ ਜੀ, ਜਿਹੜੀ ਜਵਾਨੀ ਹੈ ਇਹ ਹਥਿਆਰ ਭਲਾ ਕਿੱਦਾਂ ਦੇ ਹੁੰਦੇ ਆ। ਹੁਣ ਲੀਗਲ ਤਾਂ ਮਿਲਣੋਂ ਰਹੇ, ਲੀਗਲ ਸੌਖਾ ਨਹੀਂ ਰਹਿ ਗਿਆ ਜੀ ਲਾਇਸੈਂਸ ਲੈਣਾ, ਫਿਰ ਇਲੀਗਲ ਜੇ 30,000 ਦਾ ਮਿਲ ਜਾਂਦਾ ਜਾਂ 30 ਤੋਂ 60 ਹਜ਼ਾਰ ਰੁਪਈਏ ਦਾ ਜਿਹੜਾ ਜੀ ਉਹ ਮਿਲ ਜਾਂਦਾ, ਤੇ ਫਿਰ ਉਹ ਲੈ ਕੇ ਉਹਨੂੰ ਵਰਤਣਾ ਵੀ ਜਿਹੜਾ ਜੀ ਉਹ ਚਾਹੁਣਗੇ। ਇਹੀ ਸਭ ਤੋਂ ਵੱਡੀ ਜਿਹੜੀ ਜੀ ਉਹ ਫਿਕਰਮੰਦੀ ਆ ਕਿ ਕਿਸ ਪਾਸੇ ਵੱਲ ਨੂੰ ਤੋਰਿਆ ਜਾ ਰਿਹਾ, ਕਿਉਂ ਤਿੰਨ ਜਿਹੜੇ ਸੂਬੇ ਨੇ ਉਹ ਇੱਥੇ ਹਥਿਆਰ ਸਮਗਲ ਜਿਹੜਾ ਜੀ ਉਹ ਕਰ ਰਹੇ ਆ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ, ਉਹਨਾਂ ਦੀ ਸਭ ਤੋਂ ਵੱਡੀ ਮੰਡੀ ਜਿਹੜਾ ਜੀ ਉਹ ਪੰਜਾਬ ਬਣਿਆ ਹੋਇਆ। ਆਹੀ ਫਿਕਰਮੰਦੀ ਹੈ ਜਿਹੜੀ ਸਭ ਤੋਂ ਵੱਡੀ ਕਿ ਕਿੱਧਰ ਨੂੰ ਕਹਾਣੀ ਚੱਲ ਜੂਗੀ। ਬਿਲਕੁਲ ਜੀ, ਕੀ ਖਤਰਾ ਆ, ਕੁਛ ਖਾ ਪੀ ਕੇ ਇੱਕ ਦੂਜੇ ਨੂੰ ਮਾਰਨਗੇ, ਹੋਰ ਤਾਂ ਇਹਨਾਂ ਨੇ ਕੀ ਕਰਨਾ। ਤੇ ਅੱਗੇ ਬੱਚੇ ਬਦਲਦੇ ਤਾਂ ਸੁਣੇ ਸੀ, ਹੁਣ ਪਟਿਆਲੇ ਦੇ ਹਸਪਤਾਲ ਦੇ ਵਿੱਚ ਲਾਸ਼ਾਂ ਵੀ ਬਦਲ ਦਿੱਤੀਆਂ ਗਈਆਂ। ਬੜੀ ਇਹ ਪਟਿਆਲੇ ਦੇ ਵਿੱਚ ਜਿਹੜਾ ਰਜਿੰਦਰਾ ਹਸਪਤਾਲ ਹੈ ਜੀ, ਜੇ ਦੇਖਿਆ ਜਾਵੇ ਤਾਂ ਮਾਲਵੇ ਦੀ ਬੈਲਟ ਜਿਹੜੀ ਹੈ ਜੀ ਉਹ ਬਠਿੰਡੇ ਤੱਕ ਇੱਕ ਵੱਡਾ ਹਸਪਤਾਲ ਜਿਹੜਾ ਜੀ ਉਹ ਹੈ। ਇਹ ਜਿਹੜੀਆਂ ਲਾਸ਼ਾਂ ਵੀ ਬਦਲ ਸਕਦੀਆਂ ਨੇ, ਔਰ ਕਿੰਨੇ ਕੁ ਇਹ ਅਣਗਹਿਲੀ ਜਿਹੜੀ ਵੀ ਕਰਦੇ ਸਰਕਾਰੀ ਲੋਕ, ਇਹ ਇਹਦੀ ਇੱਕ ਵੱਡੀ ਮਿਸਾਲ ਹੈ। ਦੋ ਮਰੀਜ਼ਾਂ ਦੀ ਮੌਤ ਤੋਂ ਬਾਅਦ ਜਿਹੜੀਆਂ ਲਾਸ਼ਾਂ ਨੇ ਉਹ ਬਦਲ ਗਈਆਂ। ਸੰਗਰੂਰ ਜ਼ਿਲ੍ਹੇ ਦਾ ਇੱਕ ਜਿਹੜਾ ਜੀ 30 ਸਾਲਾਂ ਦਾ ਫੌਜੀ ਸਿੰਘ ਸੀਗਾ, ਉਹਦੀ ਫੂਡ ਪੋਇਜ਼ਨਿੰਗ ਦੇ ਨਾਲ ਮੌਤ ਹੋ ਗਈ। ਔਰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦਾ ਰਾਜਕੁਮਾਰ ਜਿਹੜਾ ਸੀਗਾ 32 ਸਾਲਾਂ ਦਾ, ਉਹਦੀ ਮੌਤ ਉਹਦੇ ਕੁਝ ਦਰਦ ਹੋਣ ਤੋਂ ਬਾਅਦ ਜਿਹੜੀ ਜੀ ਉਹ ਹੋਈ। ਜਿਹੜਾ ਇਹਨਾਂ ਦੋਨਾਂ ਨੇ, ਕਿਉਂਕਿ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਦਾਖਲ ਸੀਗੇ ਜੀ, ਹੋਇਆ ਹੈ ਕਿ ਯੂਪੀ ਦੇ ਰਾਮ ਕੁਮਾਰ ਦੀ ਜਿਹੜੀ ਡੈਡ ਬੋਡੀ ਸੀ ਉਹਨੂੰ ਕੱਪੜੇ 'ਚ ਬੰਨ ਕੇ ਉਹਦੇ ਘਰ ਵਾਲਿਆਂ ਨੂੰ ਦੇਤੀ। ਰਾਮ ਕੁਮਾਰ ਦੇ ਜਿਹੜੇ ਰਿਸ਼ਤੇਦਾਰ ਸੀਗੇ ਜੀ, ਉਹ ਡੈਡ ਬੋਡੀ ਲੈ ਕੇ ਪ੍ਰਾਈਵੇਟ ਐਂਬੂਲੈਂਸ ਕਰਕੇ ਉਹ ਕੱਲ ਜਿਹੜੇ ਸੀਗੇ ਜੀ ਉਹ ਪਹੁੰਚ ਗਏ 7 ਵਜੇ ਦੇ ਕਰੀਬ ਗੋਂਡਾ ਡਿਸਟ੍ਰਿਕਟ ਦੇ ਵਿੱਚ। ਜਿਹੜਾ ਜੀ 800 ਕਿਲੋਮੀਟਰ ਦੂਰ ਜਦੋਂ ਪਹੁੰਚ ਕੇ ਰਾਮ ਕੁਮਾਰ ਦੀ ਜਿਹੜੀ ਪਤਨੀ ਸੀ ਉਹਨੇ ਆਪਣੇ ਜਿਹੜਾ ਜੀ ਮਰ ਚੁੱਕੇ ਹਸਬੈਂਡ ਦਾ ਫੇਸ ਦੇਖਿਆ ਤਾਂ ਉਹ ਇਹ ਕਹਿੰਦੀ ਵੀ ਇਹ ਤਾਂ ਮੇਰਾ ਹਸਬੈਂਡ ਹੀ ਨੀਗਾ। ਉਦੋਂ ਬਾਅਦ ਇਹ ਸਾਰਾ ਕੁਛ ਜਿਹੜਾ ਜੀ ਉਹ ਖੁਲਾਸਾ ਹੋਇਆ। ਜਦੋਂ ਜਿਹੜਾ ਫੌਜੀ ਸਿੰਘ ਸੀਗਾ ਜਿਹੜਾ ਸੰਗਰੂਰ ਡਿਸਟ੍ਰਿਕਟ ਦਾ ਸੀ, ਉਦੋਂ ਜਿਹੜੀ ਡੈਡ ਬੋਡੀ ਲੈਣ ਦੇ ਵਾਸਤੇ ਉਹਦੇ ਰਿਸ਼ਤੇਦਾਰ ਆਏ ਤਾਂ ਉੱਥੇ ਰਾਮ ਕੁਮਾਰ ਜਿਹੜਾ ਸੀ ਉਹਦੀ ਡੈਡ ਬੋਡੀ ਪਈ ਸੀ। ਤੋ ਜਿਹੜਾ ਜੀ ਜਦੋਂ ਰੌਲਾ ਪੈ ਗਿਆ ਤੇ ਝੱਟ ਦੇ ਨਹੀਂ ਫਿਰ ਜਿਹੜੇ ਹਸਪਤਾਲ ਆਏ ਸੀ ਉਹਨਾਂ ਨੇ ਉਹ ਐਂਬੂਲੈਂਸ ਲੱਭੀ ਵੀ ਕਿਹੜੀ ਪ੍ਰਾਈਵੇਟ ਐਂਬੂਲੈਂਸ ਲੈ ਕੇ ਗਏ ਆ, ਉਹਦੇ ਨਾਲ ਸੰਪਰਕ ਕੀਤਾ, ਉਹਨੂੰ ਇਹ ਕਿਹਾ ਵੀ ਜਿਹੜੀ ਡੈਡ ਬੋਡੀ ਤੂੰ ਲੈ ਕੇ ਗਿਆ ਤੂੰ ਖਾਲੀ ਨਾ ਆਵੀ, ਉਹਨੂੰ ਵਾਪਸ ਜਿਹੜਾ ਜੀ ਡੈਡ ਬੋਡੀ ਨੂੰ ਇੱਥੇ ਲੈ ਕੇ ਆ। ਉਹ ਡੈਡ ਬੋਡੀ ਜਿਹੜੀ ਦੀ ਹੁਣ ਰਾਤ ਇੱਥੇ ਪਹੁੰਚੀ ਆ ਰਾਮ ਕੁਮਾਰ ਦੀ ਵਾਪਸ, ਜਿਹੜੀ ਫੌਜੀ ਸਿੰਘ ਦੀ, ਔਰ ਇੱਥੋਂ ਰਾਮ ਕੁਮਾਰ ਦੀ ਡੈਡ ਬੋਡੀ ਜਿਹੜੀ ਹੈ ਜੀ ਉਹ ਵਾਪਸ ਦੂਜੇ ਪਾਸੇ ਤੋਰੀ ਗਈ ਹੈ। ਗੱਲ ਇਹ ਆ ਕਿ ਉਹ ਮੰਨ ਨਹੀਂ ਜਿਹੜਾ ਜੀ ਉਹ ਰਹੇ, ਹਸਪਤਾਲ ਝੂਠ ਬੋਲ ਰਿਹਾ ਕਿ ਰਾਮ ਕੁਮਾਰ ਦੀ ਸ਼ਨਾਖਤ ਨਹੀਂ ਜਿਹੜੀ ਦੀ ਉਹ ਕਰਵਾਈ ਗਈ, ਜਦੋਂ ਕਿ ਉਹਦੇ ਰਿਸ਼ਤੇਦਾਰ ਕਹਿੰਦੇ ਆ ਕਿ ਉਹਦੇ ਜਿਹੜੇ ਰਾਮ ਕੁਮਾਰ ਦੇ ਰਿਸ਼ਤੇਦਾਰ ਆ ਉਹ ਮੌਜੂਦ ਸੀਗੇ ਮੌਕੇ ਤੇ, ਸ਼ਨਾਖਤ ਕਰਵਾਈ ਗਈ ਹੈ। ਸ਼ਨਾਖਤ ਕਰਵਾ ਕੇ ਡੈਡ ਬੋਡੀ ਜਿਹੜੀ ਦੀ ਉਹ ਫਿਰ ਜਿਹੜੀ ਮੋਰਚਰੀ ਤੋਂ ਸੀਗੀ ਜੀ ਉਹ ਦੂਜੀ ਗਾਂ ਜਿਹੜੀ ਉਹ ਪਈ। ਇਹ ਹਾਲਾਤ ਜਿਹੜੇ ਜੀ ਸਰਕਾਰੀ ਹਸਪਤਾਲਾਂ ਦੇ ਨੇ, ਇੱਕ ਤਾਂ ਦੋ ਪਰਿਵਾਰ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜੀ ਦੀ ਮੌਤ ਹੋਈ ਹੈ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹੋਣਗੇ, ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਡੈਡ ਬੋਡੀ ਕਿਸੇ ਹੋਰ ਦੀ ਹੈ ਤੇ ਫਿਰ ਉਹਨਾਂ ਦੇ ਉੱਤੇ ਜਿਹੜੀ ਜੀ ਉਹ ਕੀ ਬੀਤ ਸਕਦੀ ਹੈ। ਬਿਲਕੁਲ ਜੀ, ਇਹਦੇ ਤੋਂ ਵੀ ਭੈੜੇ ਭੈੜੇ ਕੰਮ ਕਰਦੇ ਮਾਰੇ ਬੰਦੇ ਦੇ ਵੀ ਪੈਸੇ ਪਾਈ ਕੇ ਲਈ ਜਾਂਦੇ ਆ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਜਨਵਰੀ ਮਹੀਨੇ ਦੇ ਵਿੱਚ ਮਹਿੰਗਾਈ ਨੇ ਲੋਕਾਂ ਦਾ ਝੂਮਰ ਕੱਢਿਆ। ਜੀ ਦਿੱਲੀ ਦੇ ਨਤੀਜੇ ਆਏ ਆ ਤੇ ਨਾਲ ਦੀ ਨਾਲ ਇਹ ਰਿਪੋਰਟਾਂ ਐਕਚੁਅਲੀ ਰੋਕੀਆਂ ਹੋਈਆਂ ਸੀਗੀਆਂ ਜੀ, ਉਹ ਰਿਪੋਰਟਾਂ ਜਾਰੀ ਹੋ ਗਈਆਂ ਕਿ ਵੀ ਜੇ ਦਿੱਲੀ ਦੇ ਆ ਗਏ ਵੋਟਾਂ ਦੇ ਦੌਰਾਨ ਆ ਗਈ ਤੇ ਇਹਦੇ ਕਿਤੇ ਅਸਰ ਨਾ ਪਏ। ਵੈਸੇ ਅਸਰ ਕੀ ਪੈ ਜਾਂਦਾ, ਹਾਲਾਤ ਤਾਂ ਪਹਿਲਾਂ ਵੀ ਜੋ ਉੱਥੇ ਬਣੇ ਸਭ ਨੂੰ ਪਤਾ। ਗੈਸ ਕੰਪਨੀਆਂ ਨੇ ਜਿਹੜਾ ਇੱਥੇ ਸਿਲੰਡਰ ਆ ਜੀ ਉਹਦੇ ਵਿੱਚ 145 ਰੁਪਈਏ ਪਰ ਸਿਲੰਡਰ ਦਾ ਏਡਾ ਵੱਡਾ ਵਾਧਾ ਜਿਹੜਾ ਜੀ ਉਹ ਕਰ ਦਿੱਤਾ। ਸਰਕਾਰੀ ਜਿਹੜੀਆਂ ਪੈਟਰੋਲੀਅਮ ਕੰਪਨੀਆਂ ਨੇ ਉਹਨਾਂ ਨੇ ਇਹਦੀ ਜਾਣਕਾਰੀ ਦਿੰਦਿਆਂ ਕਿਹਾ ਜੀ ਕਿ ਜਿਹੜੇ LPG ਜਿਹੜਾ ਸਿਲੰਡਰ ਹੈ ਉਹਦੀ ਕੀਮਤ ਹੁਣ 714 ਰੁਪਈਏ ਤੋਂ ਸਿੱਧੀ ਵਧਾ ਕੇ 800 ਤੇ 69 ਰੁਪਈਏ 860 ਰੁਪਈਏ ਤਕਰੀਬਨ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਹਾਲਾਂਕਿ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਸਬਸਿਡੀ ਜਿਹੜੀ 153 ਰੁਪਈਏ 86 ਪੈਸੇ ਮਿਲਦੀ ਸੀ ਉਹ ਵਧਾ ਕੇ 291 ਰੁਪਈਏ 48 ਪੈਸੇ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਇਹ ਸਭ ਤੋਂ ਤੇਜ਼ੀ ਜਿਹੜੀ ਦੀ ਵਧੀ ਹੋਈ ਵਧਿਆ ਹੋਇਆ ਰੇਟ ਜਿਹੜਾ ਜੀ ਉਹ ਕਿਹਾ ਜਾ ਰਿਹਾ। ਦੂਜੇ ਪਾਸੇ ਜਿਹੜੀਆਂ
ਅਰਥ ਵਿਵਸਥਾ ਸੀ ਜੀ, ਉਸ ਮਾਮਲੇ ਦੇ ਉੱਤੇ ਮਾੜੀਆਂ ਖਬਰਾਂ ਹੀ ਨੇ ਜਾਚ ਪਏ। ਜਿਹੜਾ ਜਿੰਨੀਆਂ ਸਬਜ਼ੀਆਂ ਖਾਣਾ ਪੀਣਾ ਜੀ ਸਭ ਕੁਛ ਮਹਿੰਗਾ ਜਿਹੜਾ ਜੀ ਹੋ ਗਿਆ। ਜਨਵਰੀ ਦੇ ਵਿੱਚ ਜਿਹੜੀ ਮਹਿੰਗਾਈ ਦਰ ਹੈ ਉਹ 7.59% ਰਹੀ, 6 ਸਾਲ ਦੇ ਵਿੱਚ ਸਭ ਤੋਂ ਉੱਚੀ ਹੈ, ਔਰ ਲਗਾਤਾਰ ਇਹ 6ਵਾਂ ਮਹੀਨਾ ਜਦੋਂ ਕਿ ਮਹਿੰਗਾਈ ਜਿਹੜੀ ਆ ਲਗਾਤਾਰ ਉੱਪਰ ਨੂੰ ਗਈ ਆ। ਔਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉਹਦੇ ਵਿੱਚ ਵਾਧਾ ਹੋਇਆ ਜਿਹਦੇ ਕਰਕੇ ਸਾਰੀ ਮਹਿੰਗਾਈ ਜਿਹੜੀ ਜੀ ਉਹ ਵਧੀ ਆ। ਦੂਜੇ ਪਾਸੇ ਦਸੰਬਰ 19 ਦੇ ਵਿੱਚ ਜਿਹੜਾ ਇੱਥੇ ਮੈਨੂਫੈਕਚਰਿੰਗ ਹੈ ਜੀ ਉਹਦੇ ਵਿੱਚ ਵੀ 0.3% ਦੀ ਗਿਰਾਵਟ ਜਿਹੜੀ ਹੈ ਜੀ ਉਹ ਨਜ਼ਰ ਦਰਜ ਕੀਤੀ ਗਈ ਆ। ਔਰ ਇਹਦੀ ਵੱਡੀ ਵਜ੍ਹਾ ਮੈਨੂਫੈਕਚਰਿੰਗ ਜਿਹੜਾ ਸੈਕਟਰ ਹੈ ਉਹਦੇ ਵਿੱਚ ਉਹਦੀ ਖਪਤ ਜਿਹੜੀ ਆ ਉਹ ਘਟੀ ਹੈ। ਦਸੰਬਰ 18 ਦੇ ਵਿੱਚ ਇਹ 2.5% ਸੀ, ਇਸ ਸਾਲ ਅਗਸਤ ਸਤੰਬਰ ਤੇ ਅਕਤੂਬਰ ਦੇ ਵਿੱਚ ਲਗਾਤਾਰ ਗਿਰਾਵਟ ਤੋਂ ਬਾਅਦ ਨਵੰਬਰ 19 ਦੇ ਵਿੱਚ ਇਹ 1.8% ਵਧੀ ਸੀਗੀ। ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਕੁੱਲ 23 ਜਿਹੜੇ ਵੱਡੇ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ 16 ਦੀ ਗਰੋਥ ਜਿਹੜੀ ਆ ਉਹ ਨੈਗੇਟਿਵ ਦੇ ਵਿੱਚ ਜਿਹੜੀ ਆ ਉਹ ਚਲੇ ਗਈ ਆ। ਹੁਣ ਅੱਗੋਂ ਜਿਹੜਾ ਜੀ ਕੀ ਬਣੂਗਾ ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਰਕਾਰ ਦਾ ਜਿਹੜਾ ਧਿਆਨ ਹੈ ਨਾ ਜੀ ਉਹ ਤਾਂ ਇਸ ਪਾਸੇ ਵੱਲ ਹੈ ਕਿ ਸ਼ਾਹੀਨ ਬਾਗ ਦਾ ਕੀ ਹੋਊਗਾ, NRC ਜਿਹੜੀ ਹੈ ਜੀ ਉਹ ਕਦੋਂ ਲਾਗੂ ਕਰਨੀ ਹੈ, NPR ਕਦੋਂ ਲਾਗੂ ਕਰਨੀ ਹੈ, CAA ਤੋਂ ਪਿੱਛੇ ਨਹੀਂ ਹਟਾਂਗੇ। ਉਹ ਜਾਣ ਬੁੱਝ ਕੇ ਇਹਨਾਂ ਚੀਜ਼ਾਂ ਤੋਂ ਜਿਹੜਾ ਜੀ ਉਹ ਧਿਆਨ ਲੋਕਾਂ ਦਾ ਡਾਈਵਰਟ ਕਰਕੇ ਰੱਖਣਾ ਚਾਹੁੰਦੀ ਹੈ। ਬਿਲਕੁਲ ਵੀ, ਲੋਕੀ ਵੀ ਇਸੇ ਤਰ੍ਹਾਂ ਹੀ ਪਰਚ ਜਾਂਦੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤ ਇਸ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।